ਕਬੀਲਾ ਬਨੂ ਸਾਦ ਇੱਕ ਇਲਾਕਾ ਹੈ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਅੰਮੀ ਦਾਈ ਹਲੀਮਾ ਦੀ ਗੋਦੀ 'ਚ ਸੀਗੇ ਉੱਥੇ ਰਹਿੰਦੇ ਸੀਗੇ, ਉਹਨਾਂ ਦਾ ਵੀ ਪੰਗਾ ਪੈ ਗਿਆ ਮਦੀਨੇ 'ਚ, ਉਹਨਾਂ ਦੇ ਵੀ ਬੰਦੇ ਇੱਕ ਵਾਰੀ ਫੜੇ ਗਏ। ਉਹਨਾਂ ਦਾ ਜਿਹੜਾ ਚੌਧਰੀ ਸੀ ਪੈਸੇ ਇਕੱਠੇ ਕਰਦਾ ਫਿਰੇ ਕਿ ਪੈਸੇ ਦੇ ਕੇ ਬੰਦੇ ਛੜਾ ਕੇ ਲਿਆਉਣੇ, ਇੱਕ ਘਰ ਦਾ ਦਰਵਾਜ਼ਾ ਖਟਖਟਾਇਆ ਕਹਿੰਦਾ ਦਿਓ 5-7 ਰਿਆਲ ਬੰਦੇ ਛੜਾ ਕੇ ਲਿਆਉਣੇ ਹੈ। ਉਹ ਬੁੜੀ ਨੇ ਪੁੱਛਿਆ ਕਿਹਦੇ ਕੋਲ ਬੰਦੇ ਛੁੜਾਉਣੇ, ਕਹਿੰਦਾ ਮਦੀਨੇ ਦੀ ਰਿਆਸਤ ਤੋਂ ਛੁੜਾਉਣੇ। ਉਹ ਫਰਮਾਇਆ ਉਹ ਤਾਂ ਆਪਣੇ ਵੱਡੇ ਭਰਾ ਨੇ। ਉਹ ਬੜਾ ਚੌਧਰੀ ਹੈਰਾਨ ਹੋਇਆ, ਉਹ ਫਰਮਾਇਆ ਤੂੰ ਇੱਥੇ ਪਿੰਡ 'ਚ ਬੁੜੀ ਰਹਿੰਦੀ ਹੈ, ਉਹ ਤੇਰੇ ਵੱਡੇ ਭਰਾ ਕਿੱਥੋਂ ਹੋ ਗਏ? ਉਹ ਫਰਮਾਇਆ ਨਹੀਂ ਨਹੀਂ ਮੇਰੇ ਵੱਡੇ ਭਰਾ ਨੇ। ਅੱਛਾ ਤੇ ਚਲੋ ਜੀ, ਉਹਨਾਂ ਨੂੰ ਨਾਲ ਲੈ ਗਏ। ਦਾਈ ਹਲੀਮਾ ਦੀ ਬੜੀ ਬੇਟੀ ਹੈ, ਮੁਹੰਮਦ ਰਸੂਲਾ ਨੇ ਜਦ ਦੇਖਿਆ ਭੈਣ ਆ ਰਹੀ ਹੈ। ਕੌਣ ਆ ਰਹੀ ਹੈ? ਭੈਣ ਆ ਰਹੀ ਹੈ। ਫਿਰ ਰਹਿਮਤ ਵਾਲੀ ਚਾਦਰ ਲਾ ਕੇ ਵਿਛਾਤੀ। ਕਿਉਂ ਵਿਛਾਈ? ਇਹਨਾਂ ਨੂੰ ਦੱਸਣਾ ਸੀ ਕਿ ਜਦ ਭੈਣਾਂ ਆਣ ਤੇ ਭਰਾ ਜਨਾਨੀਆਂ ਦੇ ਪਿੱਛੇ ਲੱਗ ਕੇ ਉਹਨਾਂ ਤੋਂ ਮੂੰਹ ਨਾ ਮੋੜ ਲੈਣ। ਫਰਮਾਇਆ ਤੂੰ ਮੇਰੀ ਭੈਣ ਹੈ, ਬੁੜੀ ਹੋ ਗਈ, ਕੀ ਮੰਗਦੀ ਹੈ? ਵੋ ਯਾਰ ਸੁੱਲਾ, ਆ ਜਿੰਨੇ ਬੰਦੇ ਗ੍ਰਿਫਤਾਰ ਹੋਏ ਛੱਡ ਦਿਓ। ਫਰਮਾਇਆ ਛੱਡਤਾ, ਸਵਾਰੀਆਂ ਦਿੱਤੀਆਂ, ਮਾਲ ਦਿੱਤਾ, ਦੌਲਤ ਦਿੱਤੀ। ਫਰਮਾਇਆ ਅਗਰ ਤੂੰ ਚਾਹੇ ਤੇ ਮੈਂ ਸਾਰੀ ਜ਼ਿੰਦਗੀ ਤੂੰ ਤੈਨੂੰ ਆਪਣੇ ਘਰ 'ਚ ਰੱਖਾਂ, ਤੇਰੀ ਖਿਦਮਤ ਕਰਾਂ, ਤੂੰ ਬੁੜੀ ਹੋ ਗਈ। ਮੁਹੰਮਦ ਰਸੂਲਲਾ ਨੇ ਕਰਕੇ ਦਿਖਾਇਆ ਤਾਂ ਕਿ ਉਮਤ ਨੂੰ ਪਤਾ ਹੋਵੇ ਕਿ ਕੱਲ੍ਹ ਨੂੰ ਜਦੋਂ ਭੈਣ ਘਰ ਆ ਜਾਏ ਤੇ ਉਹ ਵੀ ਖਾਲੀ ਵਾਪਸ ਨਾ ਜਾਵੇ। ਜਨਾਨੀ ਕਵੇ ਨਹੀਂ ਨਹੀਂ ਕੋਈ ਲੋੜ ਨਹੀਂ, 100 ਰੁਪਏ ਦੇ ਕੇ ਭੇਜ ਦਿਓ, ਤੇ ਫਿਰ ਜਨਾਨੀ ਦੇ ਪਿੱਛੇ ਲੱਗਣ ਦੀ ਬਜਾਏ ਮੁਹੰਮਦ ਰਸੂਲਲਾ ਦੇ ਪਿੱਛੇ ਲੱਗਣ ਦੀ ਜ਼ਰੂਰਤ ਹੈ। ਮੁਹੰਮਦ ਰਸੂਲਲਾ ਸੱਲੱਲਾਹੁ ਅਲੈਹਿ ਵਸੱਲਮ ਨੇ ਬਿਲਾਲ ਨੂੰ ਕਿਹਾ, ਮੇਰੇ ਕੋਲ ਫਤਵੇ ਨਹੀਂ ਹੈ, ਬਸ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਗੱਲਾਂ ਹੈ, ਉਹ ਜੇ 2-4 ਤੁਹਾਨੂੰ ਸੁਣਾਉਣੀਆਂ ਤੇ ਚੱਲ ਜਾਣਾ ਫਿਰ ਅੱਗੇ ਨੂੰ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਇੱਕ ਦਿਨ ਬਿਲਾਲ ਨੂੰ ਕਿਹਾ, ਯਾਰ ਫਟਾਫਟ ਚੱਲ ਕਿਤੇ ਕੰਮ ਜਾਣਾ, ਸੁਬਾਹ ਸੁਬਾਹ ਫਜਰ ਤੋਂ ਬਾਅਦ ਕਿਸੇ ਨਾਲ ਮੀਟਿੰਗ ਹੋਣੀ ਹੈ। ਜਦੋਂ ਤੁਰੇ ਰਸਤੇ 'ਚ ਦੋ ਗਲੀਆਂ ਦੇ ਮੋੜ ਮੁੜੇ ਤੇ ਇੱਕ ਦੇਖਿਆ ਬੀਬੀ ਬੈਠੀ ਰੋ ਰਹੀ ਹੈ। ਪੁੱਛਿਆ ਬਿਲਾਲ ਨੂੰ, ਪੁੱਛ ਇਹਨੂੰ ਕੀ ਗੱਲ ਹੈ? ਬੀਬੀ ਕਹਿੰਦੀ ਜੀ ਮੈਂ ਘਰੋਂ ਆਈ ਸੀ ਤੇਲ ਲੈਣ ਲਈ, ਤੇਲ ਡਿੱਗ ਗਿਆ, ਆ ਜ਼ਮੀਨ ਤੇਲ ਪੀ ਗਈ। ਮੁਹੰਮਦ ਰਸੂਲਾ ਚਾਹੁੰਦੇ ਜ਼ਮੀਨ ਨੂੰ ਕਹਿੰਦੇ ਤੇਲ ਵਾਪਸ ਦੇ ਹੋਏ, ਦਿੰਦੀ ਕਿ ਨਹੀਂ ਦਿੰਦੀ ਕਿ ਨਹੀਂ ਦਿੰਦੀ? ਬੋਲੋ ਜੀ, ਦਿੰਦੀ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਬੈਠੇ ਸੀ ਇੱਕ ਬਾਗ 'ਚ, ਇੱਕ ਬੱਦੂ ਆਇਆ, ਬੱਦੂ ਪੇਂਡੂ ਬੰਦਾ ਬਿਲਕੁਲ, ਕਹਿਣ ਲੱਗਾ ਮੈਂ ਤੁਹਾਨੂੰ ਅੱਲਾਹ ਦਾ ਰਸੂਲ ਤਾਂ ਮੰਨਣਾ, ਲੇਕਿਨ ਅਗਰ ਉਹ ਦਰਖਤ ਜਿਹੜਾ ਉਹ ਤੁਹਾਡੇ ਕੋਲ ਆ ਕੇ ਕਵੇ ਕਿ ਤੁਸੀਂ ਅੱਲਾਹ ਦੇ ਰਸੂਲ ਹੋ, ਉਹ ਫਰਮਾਇਆ ਹੁਣ ਅਸੀਂ ਬੁਲਾਉਣ ਜਾਈਏ, ਤੂੰ ਹੀ ਜਾ ਕੇ ਕਹਿ ਦੇ ਕਿ ਤੈਨੂੰ ਅੱਲਾਹ ਦੇ ਰਸੂਲ ਬੁਲਾਉਂਦੇ ਆ। ਉਹ ਗਿਆ, ਫਿਰ ਉੱਥੇ ਉਹਨੇ ਦਰਖਤ ਨੂੰ ਕਿਹਾ ਤੈਨੂੰ ਅੱਲਾਹ ਦੇ ਰਸੂਲ ਬੁਲਾ ਰਹੇ। ਦਰਖਤ ਆਪਣੀ ਜੜ੍ਹਾਂ ਸਮੇਤ ਉੱਖੜ ਕੇ ਮੁਹੰਮਦ ਰਸੂਲਲਾ ਦੇ ਕੋਲ ਆਇਆ, ਔਰ ਇਮਾਮੇ ਤਾਹਿਬੇ ਨੇ ਲਿਖਿਆ, ਇਬਨ ਜੋਜ਼ੀ ਨੇ ਵੀ ਲਿਖਿਆ ਕਿ ਵਾਪਸ ਆਪਣੀ ਜੜ੍ਹਾਂ 'ਚ ਉੱਦਾਂ ਹੀ ਬੇਵਸਤ ਹੋ ਗਿਆ। ਲੇਕਿਨ ਦੁਨੀਆਂ ਨੇ ਕਹਿਣਾ ਸੀ ਪਤਾ ਨਹੀਂ ਹਨੇਰੀ ਨਾ ਪੱਟ ਕੇ ਆ ਗਿਆ ਹੋਣਾ, ਵਾਪਸ ਨਹੀਂ ਗਿਆ, ਵਾਪਸ ਜਿਸ ਜਿਸ ਖਾਨੇ ਤੋਂ ਜਿਹੜੀ ਜੜ੍ਹ ਨਿਕਲੀ ਸੀ ਉੱਥੇ ਗਿਆ। ਅਤੇ ਰਸੂਲਾ ਨੇ ਉਸ ਬੁੜੀ ਨੂੰ ਪੁੱਛਿਆ ਕਿਉਂ ਰੋਂਦੀ ਹੈ? ਉਹ ਫਰਮਾਇਆ ਤੇਲ ਗਿਰ ਗਿਆ ਇੱਥੇ। ਉਹ ਅੱਛਾ, ਜ਼ਮੀਨ ਨੂੰ ਕਹਿੰਦੇ ਤੇਲ ਦਿੱਤੇ? ਨਹੀਂ, ਪੈਸੇ ਦਿੱਤੇ ਬਿਲਾਲ ਨੂੰ। ਫਰਮਾਇਆ ਹੋਰ ਤੇਲ ਲਿਆ ਇਹਨੂੰ ਦੇ, ਕਿਉਂਕਿ ਨੌਕਰਾਨੀ ਆਪਣੇ ਘਰ ਚੱਲ ਜਾਵੇ। ਜਦ ਉਹ ਤੇਲ ਦੇ ਤਾਂ ਬੁੜੀ ਫਿਰ ਰੋਈ ਜਾਵੇ, ਹੁਣ ਕੀ ਗੱਲ ਹੋ ਗਈ? ਆਖੇ ਮੈਂ ਜਿਹਦੀ ਨੌਕਰ ਹਾਂ ਉਹ ਔਰਤ ਬੜੀ ਜ਼ਾਲਮ ਹੈ, ਪੁੱਛੂਗੀ ਦੇਰ ਨਾਲ ਕਿਉਂ ਆਈ ਹੈ, ਖੁਦ ਜ਼ਰੂਰੀ ਕੰਮ ਜਾ ਰਹੇ ਹੈ। ਉਹ ਫਰਮਾਇਆ ਅੱਛਾ ਚੱਲ, ਪਹਿਲਾਂ ਅਸੀਂ ਤੈਨੂੰ ਤੇਰੀ ਮਾਲਕਣ ਦੇ ਘਰ ਛੱਡ ਦੇਈਏ। ਮੁਹੰਮਦ ਰਸੂਲਲਾ ਖੁਦ ਤੁਰ ਪਏ, ਨਵੇਂ ਨਵੇਂ ਮਦੀਨੇ ਆਏ, ਸਾਰਿਆਂ ਨੂੰ ਕੋਈ ਪਤਾ ਨਹੀਂ ਅਜੇ, ਦਰਵਾਜ਼ਾ ਖਟਖਟਾਇਆ, ਇੱਕ ਔਰਤ ਨੇ ਦਰਵਾਜ਼ਾ ਖੋਲ੍ਹਿਆ। ਉਹ ਫਰਮਾਇਆ
ਇਹਦੇ ਕੋਲ ਤੇਲ ਗਿਰ ਗਿਆ ਸੀ, ਤੇਲ ਅਸੀਂ ਇਹਨੂੰ ਲੈ ਤਾ, ਤੂੰ ਇਹਨੂੰ ਡਾਂਟੀ ਨਾ। ਉਹਨੇ ਤਾਂ ਕੀ ਡਾਂਟਣਾ ਸੀ, ਜਿਹਨੇ ਮੁਹੰਮਦ ਰਸੂਲਾਂ ਨੂੰ ਦੇਖ ਲਿਆ ਫਿਰ ਉਹ ਕਿਸੇ ਹੋਰ ਨੂੰ ਦੇਖ ਸਕਦਾ ਹੈ ਜੀ। ਆਪ ਸੱਲਲਾਹੁ ਅਲੈਹਿ ਵਸੱਲਮ ਕਹਿ ਕੇ ਤੁਰ ਪਏ, ਉਹ ਖਾਬਾਂ 'ਚ ਹੀ ਹੈ, ਹੋਸ਼ ਆਇਆ, ਆਪਣੀ ਖਾਦਮਾ ਨੂੰ ਪੁੱਛਦੀ ਹੈ ਕੌਣ, ਫਰਮਾਇਆ ਤਾਂ ਆਪਾਂ ਵੀ ਨਹੀਂ ਪੁੱਛਿਆ, ਭੱਜ ਕੇ ਪਿੱਛੇ ਜਾ ਕੇ ਸੈਯਦਨਾ ਬਿਲਾਲ ਨੂੰ ਫੜਿਆ, ਬੜਾ ਹੈ ਕੌਣ, ਫਰਮਾਇਆ ਅੱਲਾਹ ਦੇ ਰਸੂਲ ਹੈ, ਫਰਮਾਇਆ ਇਹ ਹੋ ਸਕਦਾ ਸਾਡੇ ਘਰ ਤੱਕ ਰਹਿਮਤ ਆਏ, ਅਸੀਂ ਪਿੱਛੇ ਰਹਿ ਜਾਈਏ, ਸਾਨੂੰ ਕਲਮਾ ਤਾਂ ਪੜ੍ਹਾਉਂਦੇ ਜਾਓ ਨਾ ਘੱਟੋ ਘੱਟ। ਪਿਆਰੇ ਨਬੀ ਹਜ਼ਰਤ ਮੁਹੰਮਦ ਰਸੂਲਾ ਦੇ ਇੱਕ ਸਾਹਬੀ ਹਜ਼ਰਤ ਜ਼ਾਹਿਰ ਰਜ਼ੀ ਅੱਲਾਹੁ ਤਾਲਾ ਨੂੰ ਪਿੰਡੋਂ ਆਉਂਦਾ, ਰਸੂਲਾ ਨੇ ਫਰਮਾਇਆ ਇਹ ਮੇਰਾ ਪੇਂਡੂ ਹੈ, ਮੈਂ ਇਹਦਾ ਸ਼ਹਿਰੀ ਹਾਂ, ਫਰਮਾਇਆ ਇਹ ਮੇਰਾ ਪੇਂਡੂ ਹੈ ਅਤੇ ਮੈਂ ਇਹਦਾ ਸ਼ਹਿਰੀ ਹਾਂ। ਉਹ ਪੇਂਡੂ ਬੰਦਾ ਕੀ ਕਰਦਾ, ਜਦੋਂ ਵੀ ਆਉਂਦਾ ਨਾ, ਨਕੋੜ ਮਾਰਕੀਟ 'ਚ ਜਿੰਨੀਆਂ ਦੁਕਾਨਾਂ ਵਧੀਆ ਵਧੀਆ ਫਰੂਟ ਲੈ ਲੈਂਦਾ, ਉੱਥੋਂ ਟੋਕਰਾ ਭਰ ਲੈਂਦਾ ਪੂਰਾ, ਅਤੇ ਹਜ਼ੂਰ ਸੱਲਲਾਹੁ ਅਲੈਹਿ ਵਸੱਲਮ ਕੋਲ ਪਹੁੰਚ ਜਾਂਦਾ ਲੈ ਕੇ, ਅਤੇ ਆਪ ਸੱਲਲਾਹੁ ਅਲੈਹਿ ਵਸੱਲਮ ਦੀ ਆਦਤ ਹੈ ਕਿ ਸਾਰਿਆਂ ਨੂੰ ਵੰਡ ਕੇ ਖਿਲਾਉਂਦੇ ਹੈ। ਜਦ ਸਭ ਖਾ ਪੀ ਲੈਂਦੇ ਤਾਂ ਉਹ ਕੀ ਕਹਿੰਦਾ, ਉਹ ਬੱਦੂ ਕੀ ਕਹਿੰਦਾ, ਯਾਰ ਸੁੱਲਾ ਫਰੂਟ ਵਧੀਆ ਸੀ? ਹਾਂਜੀ ਵਧੀਆ ਸੀ। ਸਭ ਨੇ ਖਾ ਲਿਆ? ਮਾਸ਼ਾਅੱਲਾ ਬਿਲਕੁਲ ਖਾ ਲਿਆ ਜੀ। ਯਾਰ ਸੁੱਲਾ ਪੈਸੇ ਤਾਂ ਦਿਓ ਨਾ ਜੀ। ਆਪ ਸੱਲਲਾਹੁ ਅਲੈਹਿ ਵਸੱਲਮ ਬੜਾ ਮੁਸਕੁਰਾਉਂਦੇ, ਉਹ ਫਰਮਾਇਆ ਪੈਸੇ ਤੂੰ ਤਾਂ ਕਿੱਥੇ ਸੀ ਆਦੀ ਆ, ਫਰਮਾਇਆ ਨਹੀਂ ਯਾਰ ਸੁੱਲਾ ਖਾਧਾ ਤਾਂ ਹੈ ਨਾ। ਆਪ ਸੱਲਲਾਹੁ ਅਲੈਹਿ ਵਸੱਲਮ ਬੇ ਇੰਤਿਹਾ ਸਾਹਬਾ ਫਰਮਾਉਂਦੇ, ਜਦੋਂ ਉਮਤ ਦੇ ਗਮ 'ਚ ਰਸੂਲਾ ਬਹੁਤ ਪਰੇਸ਼ਾਨ ਹੁੰਦੇ ਸੀ, ਅਸੀਂ ਸੋਚਦੇ ਸੀ ਉਹ ਬੱਦੂ ਆ ਜਾਏ ਅੱਜ, ਅੱਜ ਉਹ ਆ ਜਾਏ ਕਿਸੇ ਤਰ੍ਹਾਂ, ਅਤੇ ਆਪ ਸੱਲਲਾਹੁ ਅਲੈਹਿ ਵਸੱਲਮ ਮੁਸਕੁਰਾਨ। ਫਿਰ ਕਿਸੇ ਨੂੰ ਭੇਜਣਾ, ਕਦੀ ਬਿਲਾਲ ਨੂੰ, ਕਦੀ ਹਜ਼ਰਤ ਅਬੂ ਹੁਰੈਰਾ ਨੂੰ, ਕਦੀ ਹਜ਼ਰਤ ਅਬੂ ਬਕਰ ਸਿੱਦੀਕ ਨੂੰ ਕਿ ਜਾਓ ਉਧਾਰ ਚੁਕਾ ਕੇ ਆਓ, ਲੇਕਿਨ ਉਹਨੂੰ ਕਦੀ ਮਨਾ ਨਹੀਂ ਕੀਤਾ। ਨਬੀ ਅਲੈਹਿ ਸਲਾਤੁ ਵਸਲਾਮ ਦਾ ਇੱਕ ਖਰੀਬ ਸਹਾਬੀ ਹੈ, ਉਹਨੇ ਕਈ ਦਫ਼ਾ ਕਿਹਾ, ਯਾਰ ਸੁੱਲਾ ਤੁਹਾਨੂੰ ਮੈਂ ਅੰਗੂਰ ਖਿਲਾਉਣੇ ਆ, ਔਰ ਅੰਗੂਰ ਦਾ ਮੌਸਮ ਆਇਆ, ਅੰਗੂਰ ਖਰੀਦ ਕੇ ਲਿਆਇਆ, ਮਜ਼ਦੂਰ ਹੈ। ਜਦੋਂ ਅੰਗੂਰ ਲੈ ਕੇ ਆਇਆ, ਸਹਾਬਾ ਕਹਿੰਦੇ ਜਦੋਂ ਵੀ ਕੋਈ ਚੀਜ਼ ਆਉਂਦੀ ਸੀ ਨਾ, ਸਾਨੂੰ ਵੀ ਹੁੰਦਾ ਸੀ ਵੀ ਹੁਣ ਤਾਂ ਸਭ ਨੂੰ ਮਿਲਣੀ ਹੈ, ਲੇਕਿਨ ਰਸੂਲਾ ਨੇ ਜਦ ਇੱਕ ਅੰਗੂਰ ਖਾਧਾ, ਸਾਡੇ ਸਭ ਵੱਲ ਦੇਖਿਆ ਅਤੇ ਫਿਰ ਕਿਸੇ ਵੱਲ ਨਹੀਂ ਦੇਖਿਆ, ਇੱਕ ਇੱਕ ਕਰਕੇ ਸਾਰੇ ਹੀ ਅੰਗੂਰ ਕੌਣ ਖਾ ਗਏ ਜੀ? ਮੁਹੰਮਦ ਰਸੂਲਾ ਖੁਦ ਹੀ ਖਾ ਗਏ। ਸਾਹਬਾ ਕਹਿੰਦੇ ਪਹਿਲੀ ਦਫ਼ਾ ਅਸੀਂ ਹੈਰਾਨ ਹੋਏ ਵੀ ਅੱਲਾਹ ਦੇ ਨਬੀ ਤਾਂ ਵੰਡ ਕੇ ਖਾਂਦੇ ਹੈ। ਉਹ ਸਾਹਬੀ ਵੀ ਬੜਾ ਖੁਸ਼ ਜਿਹੜਾ ਅੰਗੂਰ ਲੈ ਕੇ ਆਇਆ ਕਿ ਜਨਾਬ ਐਤਕੀ ਤਾਂ ਆਪ ਹੀ ਖਾ ਲਏ ਸਾਰੇ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਆਜੂ ਲਾਈਟ। ਅਤੇ ਉਹ ਤਾਂ ਬੜਾ ਖੁਸ਼ ਹੋਇਆ। ਉਹ ਜਦੋਂ ਚਲਾ ਗਿਆ, ਸਾਹਬਾ ਨੇ ਪੁੱਛਿਆ ਯਾਰ ਸੁੱਲਾ ਐਤਕੀ ਵੰਡਿਆ ਕੋਈ ਨਹੀਂ? ਫਰਮਾਇਆ ਜਦ ਪਹਿਲਾ ਅੰਗੂਰ ਖਾਧਾ ਤੇ ਖੱਟਾ ਸੀ ਇੰਤਿਹਾ ਦਾ, ਪਹਿਲਾ ਅੰਗੂਰ ਖਾਧਾ ਤੇ ਖੱਟਾ ਸੀ ਇੰਤਿਹਾ ਦਾ, ਜੇ ਤੁਹਾਨੂੰ ਵੰਡਦਾ ਤੁਸੀਂ ਰੌਲਾ ਪਾ ਦਿੰਦੇ, ਇਸ ਗਰੀਬ ਦਾ ਦਿਲ ਟੁੱਟ ਜਾਂਦਾ। ਇਸ ਲਈ ਮੁਬਾਦਾ ਸਾਰੇ ਖੱਟੇ ਅੰਗੂਰ ਮੁਹੰਮਦ ਰਸੂਲਾ ਨੇ ਆਪ ਹੀ ਖਾ ਲਏ। ਹਜ਼ਰਤ ਅਨਸ ਰਜ਼ੀ ਅੱਲਾਹੁ ਤਾਲਾ ਨੂੰ ਹਜ਼ੂਰ ਸੱਲਲਾਹੁ ਅਲੈਹਿ ਵਸੱਲਮ ਦੇ ਛੋਟੇ ਸਾਹਬਾਂ ਚੋਂ ਨੇ, ਅਨਸ ਰਜ਼ੀ ਅੱਲਾਹੁ ਤਾਲਾ ਨੂੰ ਛੋਟੇ ਸਾਹਬਾਂ ਦੇ ਵਿੱਚੋਂ ਨੇ। ਅੱਗੇ ਰੱਖੋ ਡੱਬੇ, ਹੋਰ ਅੱਗੇ ਲੈ ਜਾਓ, ਤੁਹਾਡੇ ਨਹੀਂ ਜਿੱਥੇ ਤੱਕ ਜਾਂਦੀ ਜਾਣ ਦੇ, ਹੋਰ ਪਿੱਛੇ ਪਿੱਛੇ ਪਿੱਛੇ, ਬਸ ਇੱਥੇ ਹੀ ਰੱਖ ਲਓ ਕਿਤੇ, ਬਸ ਇਹਦਾ ਮੂੰਹ ਉੱਧਰ ਨੂੰ ਕਰ ਦਿਓ। ਅਨਸ ਰਜ਼ੀ ਅੱਲਾਹੁ ਤਾਲਾ ਨੂੰ ਸਭ ਤੋਂ ਛੋਟੇ ਸਾਹਬੀ ਹੈ ਵੀ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ, ਆਵਾਜ਼ ਵੀ ਵਧਾ ਦਿਓ ਸਭ ਤੋਂ ਉੱਪਰ ਵਾਲਾ। ਅਨਸ ਰਜ਼ੀ ਅੱਲਾਹੁ ਤਾਲਾ ਨੂੰ ਸਭ ਤੋਂ ਛੋਟੇ ਸਾਹਬੀ ਹੈ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ, ਛੋਟੀ ਉਮਰ ਤੋਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਖਿਦਮਤ ਦੇ ਵਿੱਚ, ਛੋਟੀ ਉਮਰ 'ਚ
ਕਹਿੰਦੇ ਯਾਰ ਮੈਂ ਇੱਕ ਵਾਰੀ ਪਲਾਨ ਬਣਾਇਆ, ਇੱਧਰ ਗੱਲ ਸੁਣ ਲਓ ਮੇਰੀ, ਬਾਕੀ ਗੱਲਾਂ ਚੱਲੀ ਜਾਣੀਆਂ। ਅਨਸ ਕਹਿੰਦੇ ਕਿ ਮੈਂ ਵੀ ਪਲੈਨਿੰਗ ਕੀਤੀ ਇੱਕ ਦਿਨ ਵੀ ਸਾਰੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਕੋ ਮੁਹੱਬਤਾਂ ਬਟੋਰਦੇ ਹੈ, ਮੈਂ ਇੱਕ ਵਾਰੀ ਦੋ ਤਿੰਨ ਚਾਂਟੇ ਖਾ ਲਵਾਂ। ਗੱਲ ਸਮਝਦੇ ਹੋ? ਫਰਮਾਇਆ ਆਪਾਂ ਵੀ ਪਲੈਨਿੰਗ ਕੀਤੀ ਵੀ ਥੋੜ੍ਹੀ ਜਿਹੀ ਡਾਂਟ ਖਾ ਲਈਏ, ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਤੋਂ ਥੋੜ੍ਹੀ ਜਿਹੀ ਡਾਂਟ ਉਹ ਵੀ ਲਿਖੀ ਜਾਊਗੀ ਕਿ ਚਲੋ ਇੱਕ ਸਾਹਿਬ ਹੀ ਐਸੇ ਵੀ ਸੀ ਜਿਹਨਾਂ ਨੇ ਡਾਂਟ ਖਾਧੀ। ਫਰਮਾਇਆ ਮੈਂ ਪਲੈਨਿੰਗ 'ਚ ਲੱਗ ਗਿਆ, ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਤੋਂ ਡਾਂਟ ਖਾਣੀ ਹੈ, ਰੋਜ਼ ਪਲੈਨਿੰਗ ਕਰਦੇ ਹਾਂ ਗੱਲ ਨਹੀਂ ਬਣਦੀ। ਫਰਮਾਇਆ ਇੱਕ ਦਿਨ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਮਸਜਿਦ ਨਬਵੀ 'ਚ ਬੈਠੇ, ਮੈਂ ਬੈਠਾ ਸੀ, ਹੋਰ ਕੋਈ ਨਹੀਂ ਸੀ, ਕੁਛ ਮਹਿਮਾਨ ਆ ਗਏ। ਅੱਲਾਹ ਦੇ ਨਬੀ ਨੇ ਕਿਹਾ ਅਨਸ ਬਾਜ਼ਾਰ ਜਾਓ ਤੇ ਨਾਸ਼ਤਾ ਲੈ ਕੇ ਆਓ। ਫਰਮਾਇਆ ਮੈਂ ਬਾਜ਼ਾਰ ਗਿਆ, ਜਦੋਂ ਅਚਾਨਕ ਮੇਰੇ ਦਿਲ 'ਚ ਪਲੈਨ ਆ ਗਿਆ ਕਿ ਅੱਜ ਮੌਕਾ ਹੈਗਾ ਕੁੱਟ ਖਾਣ ਦਾ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਤੋਂ। ਧਿਆਨ ਨਾਲ ਸੁਣ ਲਈਓ ਇਸ ਕਿੱਸੇ ਨੂੰ, ਇਹ ਤੁਹਾਡਾ ਦਿਲ ਠੰਡਾ ਕਰ ਦੂਗਾ, ਇਹ ਵਾਕਿਆ ਜਿਹੜਾ ਮੈਂ ਤੁਹਾਨੂੰ ਸੁਣਾ ਰਿਹਾ। ਅਨਸ ਫਰਮਾਉਂਦੇ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਮੈਨੂੰ ਕਿਹਾ ਬਾਜ਼ਾਰ ਜਾਓ ਨਾਸ਼ਤਾ ਲਿਆਓ, ਹੋਰ ਕੋਈ ਨਹੀਂ ਮਸਜਿਦ 'ਚ, ਮਹਿਮਾਨ ਆ ਗਏ ਨਾਸ਼ਤਾ ਲੈਣ ਗਏ। ਜਦੋਂ ਬਾਜ਼ਾਰ ਪਹੁੰਚੇ ਫਰਮਾਇਆ ਮੇਰੇ ਦਿਲ 'ਚ ਪਲੈਨਿੰਗ ਆ ਗਈ, ਅੱਜ ਮੌਕਾ ਹੈਗਾ ਕੁੱਟ ਖਾਣ ਦਾ, ਅੱਜ ਸੋਨਿਆਂ ਕੋਲੋਂ ਕੁੱਟ ਖਾਣੀ ਹੈ। ਫਰਮਾਇਆ ਜਿੱਦਾਂ ਹੀ ਬਾਜ਼ਾਰ 'ਚ ਵੜਿਆ, ਥੈਲਾ ਰੱਖ ਕੇ ਭੂੰਜੇ ਦਰਖਤ ਥੱਲੇ ਬਹਿ ਗਿਆ। ਮੈਂ ਕਿਹਾ ਅਨਸ ਆਪਾਂ ਨਾਸ਼ਤਾ ਲੈ ਕੇ ਨਹੀਂ ਜਾਣਾ, ਨੌਜ਼ ਬਿੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਗੁੱਸਾ ਆ ਜਾਣਾ। ਆਪਾਂ ਵੀ ਜਦੋਂ ਘਰ ਕਿਸੇ ਨੂੰ ਕੁਛ ਲੈਣ ਭੇਜੀ ਨਾ, ਪਿੱਛੋਂ ਹੀ ਮੋਬਾਈਲ 'ਤੇ ਫੋਨ ਕਰੀ, ਕਿੱਥੇ ਪਹੁੰਚੇ ਤੂੰ, ਬਾਰ ਬਾਰ ਜੇ ਜ਼ਿਆਦਾ ਲੇਟ ਹੋ ਜਾਏ ਦੋ ਚਾਰ ਫੋਨ 'ਤੇ ਹੀ ਸੁਣਾ ਦਿੰਦੇ ਹਾਂ ਜੀ। ਉਸਤਾਦ ਤਾਂ ਸ਼ਗਿਰਦ ਕੰਮ 'ਤੇ ਆਉਂਦੇ ਹੁੰਦੇ, ਪਤਾ ਨਹੀਂ ਜਾਂਦੇ ਦੋ ਚਾਰ ਪੈ ਹੀ ਜਾਣੀਆਂ, ਅੱਜ ਵੀ ਲੇਟ ਹੋ ਗਏ ਆ। ਅਨਸ ਫਰਮਾਉਂਦੇ ਮੈਂ ਨਾਸ਼ਤਾ ਲੈਣ ਲਈ ਗਿਆ, ਮੈਂ ਦਿਲ 'ਚ ਖਿਆਲ ਆਇਆ ਕਿ ਅੱਜ ਨਾਸ਼ਤਾ ਨਾ ਲਓ, ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਨੌਜ਼ ਬਿੱਲਾ ਗੁੱਸਾ ਆਊਗਾ, ਕਿਸੇ ਨੂੰ ਮੈਨੂੰ ਫੜਨ ਲਈ ਭੇਜਣਗੇ, ਫਿਰ ਮੇਰੇ ਦੋ ਚਾਰ ਪੈਣਗੀਆਂ। ਮੈਂ ਵੀ ਕਿਹਾ ਕਰੂੰਗਾ ਕਿ ਅਨਸ ਉਹ ਇਕੱਲਾ ਬੰਦਾ ਜਿਹਨੇ ਮੁਹੰਮਦ ਰਸੂਲਾ ਦੀ ਕੁੱਟ ਖਾਧੀ ਹੈ। ਫਰਮਾਉਂਦੇ ਮੈਂ ਇਸ ਪਲੈਨਿੰਗ ਦੇ ਨਾਲ ਬੈਠ ਗਿਆ ਬਾਜ਼ਾਰ 'ਚ ਸਾਈਡ 'ਤੇ, ਕਾਫੀ ਵਕਤ ਜਦੋਂ ਗੁਜ਼ਰ ਗਿਆ ਮੈਨੂੰ ਯਕੀਨ ਹੋ ਗਿਆ ਕਿ ਹੁਣ ਤਾਂ ਮੇਰੀ ਸ਼ਾਮਤ ਆ ਗਈ। ਫਰਮਾਉਂਦੇ ਇੰਨੀ ਦੇਰ 'ਚ ਮੈਂ ਕੀ ਦੇਖਦਾ, ਖੁਦ ਪਿਆਰੇ ਨਬੀ ਹਜ਼ਰਤ ਮੁਹੰਮਦ ਰਸੂਲੁੱਲਾ, ਉਹ ਕਹੋ ਸੱਲੱਲਾਹੁ, ਉਹ ਜ਼ੋਰ ਦੀ ਕਹੋ ਸੱਲੱਲਾਹੁ 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 ਸੱਲੱਲਾਹੁ। ਹਾਂ, ਫਰਮਾਉਂਦੇ ਜਦ ਕਾਫੀ ਦੇਰ ਹੋ ਗਈ, ਮੈਂ ਖੁਦ ਦੇਖਿਆ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਖੁਦ ਆ ਰਹੇ ਔਰ ਚਿਹਰੇ ਤੇ ਪਰੇਸ਼ਾਨੀ ਦੇ ਆਸਾਰ ਹੈ। ਫਰਮਾਇਆ ਮੈਂ ਵੀ ਉੱਠ ਕੇ ਖੜਾ ਹੋ ਗਿਆ ਕੁੱਟ ਖਾਣ ਲਈ, ਮੈਂ ਵੀ ਤਿਆਰ ਹੋ ਗਿਆ ਕਿ ਲਓ ਜੀ ਜਿਸ ਦਿਨ ਦਾ ਇੰਤਜ਼ਾਰ ਸੀਗਾ ਸਾਲਾਂ ਤੋਂ ਉਹ ਦਿਨ ਆ ਗਿਆ। ਫਰਮਾਇਆ ਰਸੂਲੁੱਲਾ ਨੇ ਮੈਨੂੰ ਦੇਖਿਆ ਤੇ ਬੜੀ ਤੇਜ਼ੀ ਨਾਲ ਮੇਰੇ ਪਾਸ ਲਾਏ, ਜਦ ਫਰਮਾਇਆ ਜਦ ਰਸੂਲੁੱਲਾ ਮੇਰੇ ਵੱਲ ਤੁਰੇ ਮੈਂ ਵੀ ਰਸੂਲੁੱਲਾ ਵੱਲ ਤੁਰਿਆ ਤੇ ਕਾਲੀ ਕਮਲੀ ਵਾਲੇ ਨੇ ਭੱਜ ਕੇ ਆ ਕੇ ਮੈਨੂੰ ਜ਼ੋਰ ਦੀ ਜੱਫੀ ਪਾਈ, ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਰੋਣ ਲੱਗ ਪਏ। ਫਰਮਾਇਆ ਮੇਰੇ ਬੇਟੇ ਅਨਸ, ਮੈਂ ਤਾਂ ਸੋਚਿਆ ਤੇਰੇ ਕੋਈ ਸੱਟ ਲੱਗ ਗਈ, ਮੈਂ ਸਮਝਿਆ ਮੇਰੇ ਪੁੱਤਰ ਨੂੰ ਕਿਸੇ ਨੇ ਮਾਰ ਦਿੱਤਾ, ਮੈਂ ਸਮਝਿਆ ਅਨਸ ਗਿਰ ਗਏ, ਮੈਂ ਸਮਝਿਆ ਅਨਸ ਬੇਹੋਸ਼ ਹੋ ਗਿਆ। ਉਹ ਫਰਮਾਇਆ ਤੂੰ ਠੀਕ ਤਾਂ ਹੈ? ਅਨਸ ਫਰਮਾਉਂਦੇ ਮੈਂ ਇੰਨਾ ਰੋਇਆ ਕਿ ਐਸਾ ਕਰੀਮ ਰਸੂਲ ਹੈ, ਬਿਲਕੁਲ ਬੁਰਾਈ ਦੇ ਵਿੱਚੋਂ ਵੀ ਅੱਛਾਈ ਨੂੰ ਕੱਢ ਕੇ, ਬੁਰਾਈ ਦੇ ਵਿੱਚੋਂ ਵੀ ਅੱਛਾਈ ਨੂੰ ਕੱਢ ਕੇ ਮੁਹੰਮਦ ਰਸੂਲੁੱਲਾ ਨੇ ਸਾਹਮਣੇ ਰੱਖ ਦਿੱਤਾ। ਅਨਸ ਕੀ ਸੋਚਦੇ ਸੀ ਕਿ ਕੁੱਟ ਪਊਗੀ, ਤੇ ਮੁਹੰਮਦ ਰਸੂਲੁੱਲਾ ਨੇ ਕੀ ਕੀਤਾ ਜੀ,
ਮੁਹੰਮਦ ਰਸੂਲਲਾ ਨੇ ਆਪਣੇ ਆਂਸੂਆਂ ਨਾਲ ਹਜ਼ਰਤ ਅਨਸ ਨੂੰ ਇਹ ਦੱਸਿਆ ਕਿ ਮੈਂ ਤਾਂ ਉਹ ਕਰੀਮ ਰਸੂਲ ਹਾਂ ਜਿਹੜਾ ਬਦਤਰੀਨ ਹਾਲਾਤ ਦੇ ਵਿੱਚੋਂ ਵੀ ਅੱਛਾਈ ਨੂੰ ਕੱਢ ਸਕਦਾ, ਉਹ ਮੁਹੰਮਦ ਰਸੂਲਲਾ ਨੇ।